लगता तू सारी जिंदगी नहीं धोते पानी ना केड़ी लड़ाई तेरी पानी गाला कढ़दा तेनू या साबण तेरे हाथी पै जांदा कि छिट्टां पै जाणगी ए बिल लै लो ते फिर पैसे दे दियो खाने दे बिल सॉरी उन्होंने ही आना सी ते देना सी भी तेरे वांगू निके निके बच्चे ने भाई भाई गल ए आ भी एड्डी ज्यादती चंगी नहीं मैं जदों भाई ज्यादती नहीं है मेरी बेगू कोई चपकावे मोबाइल नु पढ़ थू पावे एनु हर वेले वेखी जावे लबेला टीवी गल सुन मेरा पुत मेरा चाने सारी दुनिया गई एनु माने ए चैनल नंबर वन लबेला टीवी लो सर ए पढ़ो एक बारी ओ यार एक बारी मैं तेरे को बड़िया नु बख्शना वा पढ़ के नहीं पढ़ाई जाना सर एक बारी देख लो ना मैं क्या कोई आइटम रह ना जावे अब्दुल रहमान कोई चीज़ तो मंगवाओ यार सर मैं मंगा रहा हूँ मतलब अब्दुल रहमान सर साबन तौलिया दो नवाओ यार साबन तौलिया का नहीं भा मैं कह दिया कोई खान वाली चीज़ कोई मिनरल वाटर कोई पानी कोई रायता सलाद तू हाथ ही धोवाई जाना वा मेरे को मिनट बाद मिनरल वाटर है सेवन अप है देख लो की पीना यार छोटी बोतल कोई नहीं तेरे को छोटी बोतल जेब च पानी तू अच्छा साढ़े सामने पीना पानी अंदर जेब है ਤੁਹਾਡੇ ਉਹ ਯਾਰ ਅੰਦਰ ਜੇਬ ਕਿਹਨ ਮੈਂ ਕਹਿ ਰੱਖ ਲਾ ਸਰ ਤੁਸੀਂ ਭੁੱਲ ਜਾਣਾ ਮੈਂ ਕੀ ਕਰਨਾ ਮੈਂ ਇੱਥੇ ਭੁੱਲ ਜਾਣਾ ਤੁਸੀਂ ਮੈਂ ਜਾਣਾ ਹੀ ਨਹੀਂ ਕਿ ਮੈਂ ਭੁੱਲ ਕੀ ਜਾਣਾ ਮੈਂ ਇਹਦੇ ਸਾਡਾ ਫੋਨ ਨੰਬਰ ਹੈ ਸਾਰੀਆਂ ਮਤਲਬ ਜੋ ਵੀ ਹੈ ਇਹਦੇ ਚ ਪਾ ਲਓ ਯਾਰ ਕੋਈ ਕੌਣ ਆ ਅੰਦਰ ਇਸ ਰੈਸਟੋਰੈਂਟ ਚਲੋ ਜਾਣ ਲੱਗਿਆ ਲੈ ਜਾਣਾ ਭਾਜੀ ਮੇਰੀ ਨੌਕਰੀ ਦੇਖੋ ਤੁਸੀਂ ਕਾਬਲੇ ਇਹਤਰਾਮ ਹੋ ਸਾਡੇ ਇੱਥੇ ਜਿੰਨੇ ਵੀ ਕਸਟਮਰ ਆਉਂਦੇ ਨੇ ਹੱਥ ਧੋਂਦੇ ਨੇ ਤੁਸੀਂ ਕਿਉਂ ਨਹੀਂ ਧੋਂਦੇ ਯਾਰ ਧੋ ਲਾਂਗਾ ਮੈਂ ਹੱਥ ਜਦੋਂ ਮੈਨੂੰ ਜ਼ਰੂਰਤ ਪਈ ਨਾ ਅਬਦੁਲ ਰਹਿਮਾਨ ਸੈਨੀਟਾਈਜ਼ਰ ਤੇ ਲਿਆ ਥੋੜਾ ਜਿਹਾ ਯਾਰ ਸਾਲਨ ਚ ਪਾਉਣਾ ਪਲੇਟਰ ਚ ਪਾਉਣਾ ਸੈਨੀਟਾਈਜ਼ਰ ਤੂੰ ਮੈਂ ਉੱਥੇ ਕਰ ਲਾਂਗਾ ਸੈਨੀਟਾਈਜ਼ਰ ਨਹੀਂ ਮੇਰੇ ਸਾਹਮਣੇ ਇੱਕ ਵਾਰੀ ਕਰ ਲਓ ਮਿਹਰਬਾਨੀ ਤੁਹਾਡੀ ਚਮਚੀ ਲਵਾਉਣੀ ਸੈਨੀਟਾਈਜ਼ਰ ਦੀ ਤੂੰ ਮੈਨੂੰ ਆ ਰਿਹਾ ਨਹੀਂ ਸਰ ਸੌਰੀ ਇੱਕ ਮਿੰਟ ਸਾਰੇ ਮੇਰਾ ਕੰਮ ਉਦੋਂ ਦਾ ਤੈਨੂੰ ਯਾਦ ਨਹੀਂ ਆਇਆ ਵੀ ਤੂੰ ਮੇਰੀਆਂ ਜਗ੍ਹਾ ਬਦਲਵਾ ਦਿੱਤੀਆਂ ਵਾ ਹੁਣ ਤੈਨੂੰ ਆਪਣੀ ਜ਼ਿੰਮੇਵਾਰੀ ਬੜੀ ਨਿਭਾਉਣੀ ਆਉਣ ਡਈ ਇਹ ਚਮਚ ਭਾਂ ਗਿਲ ਲੈਣਾ ਕੀ ਗੱਲ ਆ ਲੈ ਅਬਦੁਲ ਰਹਿਮਾਨ ਸਰ ਇੱਕ ਮਿੰਟ ਇੱਥੇ ਰੱਖੋ ਮਿਹਰਬਾਨੀ ਤੁਹਾਡੀ ਹੱਥ ਕਰੋ ਉਹ ਯਾਰ ਇਹ ਗਲਾਸ 'ਚ ਨਾ ਪਾ ਦੇ ਪਿੱਛੇ ਰੱਖ ਹੱਥ ਇੰਜ ਕਰੋ ਯਾਰ ਹੱਥ ਮੰਗਣ ਵਾਲਾ ਮੈਂ ਤੇਰੇ ਹੱਥ ਇੰਜ ਕਰ ਤੁਸੀਂ ਇੰਜ ਕਰੋ ਹਾਂ ਕਿਉਂ ਕਰਾਂ ਮੈਂ ਇੰਜ ਮੈਂ ਜ਼ਿਆਦਾ ਪੈ ਜਾਣਾ ਨਾ ਇੱਕ ਮਿੰਟ ਸਰ ਪਾਣੀ ਨਾ ਜੇ ਰੱਖੋ ਇੱਕ ਮਿੰਟ ਤੁਹਾਡੀ ਮਿਹਰਬਾਨੀ ਯਾਰ ਇਹ ਚੀਜ਼ਾਂ ਮੈਂ ਭਾਈ ਮੈਂ ਸੈਨੀਟਾਈਜ਼ ਕਰਕੇ ਆਇਆ ਵਾਂ ਮੈਂ ਹੱਥ ਧੋ ਕੇ ਆਇਆ ਵਾਂ ਘਰ ਜ਼ਿੰਦਗੀ ਹੈ ਤੇ ਜ਼ਿੰਦਗੀ ਹੈ ਤੇ ਸਾਰਾ ਕੁਝ ਹੈ ਸੈਨੀਟਾਈਜ਼ਰ ਹੀ ਆ ਕੀ ਹੈ ਅੱਲਾ ਮਾਫੀ ਦੇਵੇ ਸਾਰੀ ਜ਼ਿੰਦਗੀ ਸੈਨੀਟਾਈਜ਼ਰ 'ਚ ਹੀ ਆ ਗਈ ਤੁਸੀਂ ਹੱਥ ਕਰੋ ਇੰਜ ਕਰ ਲੈਣਾ ਮੈਂ ਸਾਰੇ ਇੱਕ ਮਿੰਟ ਗਲਾਸ ਨੂੰ ਤੁਸੀਂ ਹੱਥ ਲਾਈ ਜਾਂਦੇ ਹੋ ਇੱਕ ਮਿੰਟ ਠਹਿਰ ਜਾਓ ਸੈਨੀਟਾਈਜ਼ ਕਰ ਲਓ ਮਿਹਰਬਾਨੀ ਤੁਹਾਡੀ ਕਰੋ ਸਰ ਲੈ ਚੌਲ ਵੰਡਣ ਦੇ ਆ ਮੈਂ ਆ ਲਿਓ ਜੀ ਇੱਕ ਹੱਥ ਕਰੋ ਨਾ ਇੱਕ ਹੱਥ ਨੂੰ ਲੱਗੇ ਨਾ ਦੂਜੇ ਨੂੰ ਪਤਾ ਨਾ ਲੱਗੇ ਸਿਆਣੇ ਕਹਿੰਦੇ ਨਹੀਂ ਸਦਕਾ ਦੇਣਾ ਲੈ ਇਹ ਮੰਨ ਲਓ ਲਓ ਥੋੜ੍ਹਾ ਜਿਹਾ ਇੱਥੇ ਵੀ ਲਾ ਲੈਣਾ ਇੱਥੇ ਜੈਲ ਵਾ ਇਹ ਵੀ ਲਾ ਲਓ ਤੁਸੀਂ ਜੈਲ ਹੋ ਜਾਓਗੇ ਸਾਡੇ 'ਚ ਜ਼ਰਾ ਯਾਰ ਉਹ ਆਰਡਰ ਨੂੰ ਕਿੰਨੀ ਕੁ ਦੇਰ ਆ ਭਾਈ 30 ਮਿੰਟ ਆ ਬੰਦੇ ਅਬਦੁਲ ਰਹਿਮਾਨ ਲਿਆ ਯਾਰ ਆਰਡਰ ਲਿਆ
ਇਹ ਸਰ ਜੇਬ 'ਚ ਪਾ ਲਓ ਮਿਹਰਬਾਨੀ। ਉਹ ਯਾਰ ਇਹਨੂੰ ਮੈਂ ਕਿਉਂ ਜੇਬ 'ਚ ਪਾ ਲਾਂ, ਤੈਨੂੰ ਕੁਝ ਪਾਗਲ ਹੈ ਤੂੰ, ਕੈਸਾ ਬਦਤਮੀਜ਼ ਵੇਟਰ ਹੈ। ਹੈਲੋ ਸਰ, ਇਹ ਮੈਂ ਖੁਦ ਕਰਾਂਗਾ ਜਾਂ ਤੁਸੀਂ ਆਪਣੇ ਹੱਥਾਂ ਨਾਲ ਖਾ ਲਓਗੇ? ਨਹੀਂ ਮੈਂ ਖਾ ਲਾਂਗਾ, ਟੁੰਡਾ ਵਾ ਮੈਂ। ਸਰ ਫੀਡਬੈਕ ਜ਼ਰੂਰ ਦੇ ਕੇ ਜਾਣਾ ਤੁਸੀਂ, ਠੀਕ ਹੈ? ਮੈਂ ਫੂਡ ਬੈਗ ਖਾਵਾਂਗਾ ਤੇ ਪਤਾ ਲੱਗੂ ਮੈਨੂੰ। ਇਹ ਤੁਹਾਨੂੰ ਪਤਾ ਕੀ ਹੈ? ਪਲੇਟਰ ਆ ਭਾਈ, ਇਹ ਨਹੀਂ ਪਲੇਟਰ ਹੁੰਦਾ ਸਰ, ਇਹ ਤੁਹਾਨੂੰ ਪਤਾ ਕੀ ਹੈ? ਕੀ ਹੈ ਤੁਹਾਨੂੰ ਇਹ ਨਹੀਂ ਪਤਾ ਕੀ ਹੈ? ਮੈਨੂੰ ਵੀ ਨਹੀਂ ਪਤਾ ਕੀ ਹੈ। ਲਓ ਸਰ ਬਿਸਮਿਲ੍ਲਾ, ਧੂੰਆਂ ਸਰ ਇਹ ਦੇਖ ਲਓ, ਫਰੈਸ਼ ਚੀਜ਼ ਬਣ ਰਹੀ ਹੈ, ਇਹ ਧੂੰਆਂ ਨਿਕਲ ਰਿਹਾ ਨਾ? ਹਾਂ ਨਿਕਲ ਰਿਹਾ ਧੂੰਆਂ। ਇੱਕ ਮਿੰਟ, ਤੁਹਾਨੂੰ ਪਤਾ ਹੈ ਤੁਸੀਂ ਕੀ ਖਾ ਰਹੇ ਹੋ? ਸਰ ਇਹ ਚੌਮੀਆਂ ਨਾ, ਇਹਨੂੰ ਚੌਮੀ ਵੀ ਕਹਿੰਦੇ ਆ। ਅੱਛਾ, ਮੈਂ ਹੁਣ ਖਾਣ ਲੱਗਾ ਤੇ ਮੇਰੇ ਵਾਲੀ ਚੌਮੀ ਨਾ। ਔਰ ਇਹਦਾ ਪਤਾ ਤੁਹਾਨੂੰ ਕੀ ਕਹਿੰਦੇ ਆ? ਇਹ ਅਮੈਰੀਕਨ ਸਟੇਕ ਹੈ ਜੀ, ਅਮੈਰੀਕਨ ਸਟੇਕ, ਸਮਝਦੇ ਹੋ? ਅਮੈਰੀਕਾ ਗਏ ਹੋ ਕਦੀ? ਟੇਸਟ ਆ ਰਿਹਾ ਸਰ? ਸਰ ਸਾਰਿਆਂ ਦੇ ਵਿੱਚ ਨਹੀਂ ਖਾਈਦਾ ਹੁੰਦਾ, ਉਹ ਪਲੇਟ ਲਵੋ ਨਾ ਤੁਸੀਂ। ਹੈਲੋ ਸਰ, ਇਹ ਯਮੀ ਡੋਨਟ ਕਬਾਬ ਆ ਜੀ, ਠੀਕ ਹੈ? ਇਹ ਕਿੱਥੇ ਰੱਖਣਾ? ਇਹ ਫੜੋ ਜ਼ਰਾ। ਯਾਰ ਕੀ ਕਰ ਰਹੇ ਹਾਂ? ਅੱਛਾ ਸਰ, ਇਹ ਆਪ ਸਰਵ ਤੁਸੀਂ ਕਰਨੀ ਹੈ, ਤੁਹਾਡੀ ਰਿਸਪੋਂਸੀਬਿਲਿਟੀ ਆ। ਇਹ ਸਰ ਇਹ ਲਓ। ਅਬਦੁਲ ਰਹਿਮਾਨ ਬੇਟਾ ਜਰਾ ਇੱਧਰ ਇੱਕ ਮਿੰਟ ਆਓ। ਇਹ ਕਿਹੜੀ ਚੀਜ਼ ਹੈ? ਡੋਨਰ ਕਬਾਬ। ਬੋਲਾਂ ਯਾਰ ਤੂੰ, ਡੋਨਰ ਕਬਾਬ ਆ। ਹਾਂਜੀ, ਇਹ ਸੁਸ਼ੀ ਹੈ, ਇਹ ਚੌਮੀਅਨ, ਇਹ ਚੌਮੀਅਨ, ਇਹ ਅਮੈਰੀਕਨ ਸਟਿਕ, ਔਰ ਇਹ ਪਲੇਟਰ ਆ, ਅਤੇ ਇਹ ਤੁਹਾਨੂੰ ਦੱਸ ਦਿੱਤਾ। ਇਸ ਲਈ ਮੈਂ ਤੁਹਾਨੂੰ ਇਹ ਦੇ ਰਿਹਾ ਵੀ ਇਹ ਜੇਬ 'ਚ ਪਾ ਲਓ, ਇਹ 'ਚ ਲਿਖਿਆ ਸਾਰਾ ਕੁਛ। ਯਾਰ ਮੈਂ ਜੇਬ ਪਾਉਣਾ ਭਾਈ, ਮੈਂ ਫਿਰ ਆ ਜਾਵਾਂਗਾ ਰੈਸਟੋਰੈਂਟ 'ਤੇ, ਸਾਨੂੰ ਕਿਹੜਾ ਕੋਈ ਮਸਲਾ? ਨਹੀਂ ਬਿਸਮਿਲ੍ਲਾ, ਆਓ ਤੁਸੀਂ ਆਪਣੀ ਫੈਮਿਲੀ ਨਾਲ ਆਓ, ਇਹ ਤੁਹਾਨੂੰ ਇਨਸ਼ਾਅੱਲਾ ਓਨਰ ਮਿਲੇਗੀ ਇੱਥੇ। ਇਹ ਜੇਬ 'ਚ ਪਾ ਲਓ। ਯਾਰ ਕਿਉਂ ਜੇਬ 'ਚ ਪਾ ਲਾਂ ਮੈਂ? ਭਾਬੀ ਨੂੰ ਦੇ ਦੇਣਾ ਜਾ ਕੇ, ਬਾਜੀ ਤਾਂ ਘਰ ਹੀ ਹੁੰਦੇ ਨੇ ਨਾ, ਉਹ ਮੰਗਾ ਲੈਣਗੇ ਔਡਰ। ਯਾਰ ਬਾਈ ਫ੍ਰੀ ਨਾ ਹੋ ਜ਼ਿਆਦਾ, ਪਤਾ ਕੀ ਆ, ਇਹ ਚੀਜ਼ਾਂ ਹੈਗੀਆਂ ਮੈਂ ਮੈਨਿਊ ਰੈਸਟੋਰੈਂਟ 'ਤੇ ਹੁੰਦਾ ਵਾ, ਆਉਂਦੇ ਗਾਹਕ ਨੂੰ ਦੇਈਦਾ, ਬਸ ਮੈਂ ਦੇਖ ਲਿਆ ਇੱਕ ਵਾਰੀ, ਬਸ ਠੀਕ ਆ। ਤੁਹਾਡੀ ਗੱਡੀ ਹੈਗੀ ਬਾਹਰ ਰੱਖ ਦੀ ਉਹਦੇ 'ਚ? ਨਹੀਂ ਗੱਡੀ ਨਹੀਂ ਹੈਗੀ, ਸਾਈਕਲ ਨਾਲ ਟੰਗਦੇ ਆ। ਕਾਹਤੇ ਆਏ, ਪੈਦਲ ਆਏ? ਯਾਰ ਜਿਸ ਤਰ੍ਹਾਂ ਵੀ ਆਇਆ ਵਾ, ਤੈਨੂੰ ਇਸ ਗੱਲ ਨਾਲ ਕੀ? ਠੀਕ ਹੈ, ਠੀਕ ਹੈ ਸਰ, ਠੀਕ ਹੈ, ਸੋਰੀ। ਸਰ ਮਜ਼ਾ ਆ ਰਿਹਾ, ਹੋਰ ਕੋਈ ਚੀਜ਼ ਚਾਹੀਏ? ਸਰ ਕੈਂਚੀ ਲਿਆ ਦਿਆ, ਥੱਲੋਂ ਕੱਟੀ ਜਾਣਾ। ਅੱਛਾ ਸਰ, ਸਾਡੇ ਮੈਨੇਜਰ ਸਾਹਿਬ ਨੇ, ਉਹ ਤੁਹਾਡੇ ਨਾਲ ਮਿਲਣਾ ਚਾਹੁੰਦੇ ਨੇ, ਉਹਨੇ ਤੁਹਾਨੂੰ ਦੇਖਿਆ ਕੈਮਰੇ 'ਚੋਂ। ਆਸਨ ਯਕੂਬ ਸਾਹਿਬ ਸਾਡੇ ਮੈਨੇਜਰ ਨੇ ਜੀ, ਉਹਨਾਂ ਨੂੰ ਜ਼ਰਾ ਸਾਰੇ ਬਿਜ਼ਨਸਮੈਨ ਨੇ, ਇਹਨਾਂ ਦੀ ਮੀਟਿੰਗ ਹੈ ਅੱਜ, ਪਾਰਟੀ ਇੱਥੇ, 10 ਬੰਦਿਆਂ ਦਾ ਇਹਨਾਂ ਨੇ ਔਡਰ ਦਿੱਤਾ। ਅਤੇ ਜੀ ਆਰਸਨ ਭਾਈ, ਥੈਂਕ ਯੂ ਫਾਰ ਸਰਵਿਸ, ਬਹੁਤ ਅੱਛਾ ਖਾਣਾ ਰੀਅਲੀ। ਮੈਂ ਜਿਹੜੀ ਮੈਂ ਡਿਮਾਂਡ ਜਾਂ ਮੇਰੇ ਦਿਲ ਦੇ ਵਿੱਚ ਮੈਂ ਇੱਕ ਤੁਹਾਡਾ ਸਿਨਾਰੀਓ ਬਣਾਇਆ ਸੀ ਜੀ ਜੀ, ਯਮਕ ਡੋਨਰ ਦਾ ਐਂਡ ਕੈਫੇ ਦਾ ਗੁਜਰਾਤ ਦੇ ਵਿੱਚ, ਉਹ ਮੈਂ, ਮੇਰੇ ਮਹਿਮਾਨ ਵੀ ਆਉਣ ਵਾਲੇ ਨੇ, ਇੱਕਦਮ ਫੰਟਾਸਟਿਕ ਮਾਈਂਡ ਬਲੋਇੰਗ ਖਾਣਾ। ਸਰ ਇਹਨਾਂ ਨੂੰ ਨਾ, ਮਤਲਬ ਜਿਹੜੇ ਵੀ ਅਸੀਂ ਡਿਸ਼ਾਂ ਦਿੱਤੀਆਂ, ਇਹਨਾਂ ਨੂੰ ਇਹਨਾਂ ਦੇ ਨਾਂ ਆਉਂਦੇ ਹੀ ਨਹੀਂ ਸੀ। ਯਾਰ ਨਾਮ ਕਿਉਂ ਨਹੀਂ ਸੀ ਆਉਂਦੇ? ਮੈਂ ਕਿਹੜਾ ਇੱਥੇ ਗੁਮਰਾਤ, ਇਸ ਤਰ੍ਹਾਂ ਹੀ ਆ ਨਾ, ਇੱਕ ਚੀਜ਼ ਨਵੀਂ ਲਾਂਚ ਹੁੰਦੀ ਆ ਅਤੇ ਉਹਦਾ ਇੱਕ ਪਾਕਿਸਤਾਨ ਵਿੱਚ ਫਸਟ ਟਾਈਮ। ਹਾਂਜੀ, ਬਹੁਤ ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਅੱਛਾ ਖਾਣਾ ਜੀ ਅਰਸਨ ਭਾਈ। ਠੀਕ ਹੈ, ਠੀਕ ਹੈ। ਜੀ ਸਰ, ਹੋਰ ਕਿਸੇ ਚੀਜ਼ ਕੀ ਜ਼ਰੂਰਤ ਹੋ ਤਾਂ ਬਤਾਏ ਮੁਝੇ। ਬਸ ਥੈਂਕ ਯੂ ਯਾਰ, ਬਹੁਤ ਸ਼ੁਕਰੀਆ। ਤੋ ਸਰ ਵੋ ਆਪਕੇ ਆਦਮੀ ਨਹੀਂ ਆਇਆ, ਔਡਰ ਬਿਲਕੁਲ ਤਿਆਰ ਹੈ, ਬਾਕੀ ਦੇਖ ਲੈ ਉਨਕੋ ਬੁਲਾਏ। ਨਹੀਂ ਬੁਲਾਏ ਆ ਜਾਂਦੇ ਆ, ਮਤਲਬ ਤੈਨੂੰ ਕਾਹਦੀ ਕਾਲੀ ਮੰਗ ਪੱਤਾ ਖੇਲਣਾ ਉਹਨਾਂ ਨਾਲ? ਸਾਰਾ ਮਾਸ਼ਾਅੱਲਾ, ਜੇ ਸਾਰਾ ਖਾਣਾ ਆਪਣੇ ਖਾਇਆ ਜੀ? ਬਸ ਮੈਂ ਟੇਸਟ ਕੀਤਾ ਵੇ, ਅਤੇ ਉਹ ਵੀ ਆ ਜਾਂਦੇ ਨੇ, ਲੋਕ ਵੀ ਆ ਜਾਂਦੇ। ਅੱਛਾ, ਤੁਸੀਂ ਉਹਨਾਂ ਨਾਲ ਵੀ ਖਾਓਗੇ ਮੇਰਾ ਖਿਆਲ ਹੈ? ਜਸਟ ਲਾਈਕ ਐਵੇਂ ਚੈੱਕ ਕਰਾਂਗਾ ਉਹਨਾਂ ਨਾਲ। ਅਤੇ ਖਾਣਾ ਕੈਸਾ ਜੀ ਸਰ? ਖਾਣਾ ਬਹੁਤ ਅੱਛਾ, ਐਕਸਲੈਂਟ ਖਾਣਾ। ਐਸਾ ਖਾਣਾ ਪੂਰੇ ਗੁਜਰਾਤ 'ਚ ਤੁਹਾਨੂੰ ਨਹੀਂ ਮਿਲੇਗਾ, ਬਲਕਿ ਤੁਹਾਨੂੰ ਤਾਂ ਵੈਸੇ ਹੀ ਨਹੀਂ ਮਿਲੇਗਾ। ਜਲਦੀ ਕਰ ਲਏ, ਕਿਉਂਕਿ ਠੰਡਾ ਖਾਣਾ ਫਿਰ ਖਾਣੇ ਕੇ ਕਾਬਲ ਨਹੀਂ ਰਹਿਤਾ, ਇਹ ਫਰੈਸ਼ ਖਾਣਾ ਹੁੰਦਾ। ਹਾਂਜੀ ਹਾਂਜੀ, ਦੇਖੋ ਪਾਣੀ ਪਾਓ, ਬਹੁਤ ਟੇਬਲ 'ਤੇ ਰੱਖੋ ਬਈ, ਉਹ ਸਾਰਾ ਕਰੇ ਆਪ। ਅਸਲਾਮੁਅਲੈਕੁਮ, ਅਸਲਾਮੁਅਲੈਕੁਮ ਜੀ। ਹਾਂਜੀ ਸਰ, ਉਹ ਥੋੜ੍ਹਾ ਜਿਹਾ ਖਾਣਾ ਮੈਂ ਟੇਸਟ 'ਤੇ ਕੀਤਾ ਵਾ, ਬਹੁਤ ਅੱਛਾ ਬ੍ਰਿਲੀਅੰਟ ਖਾਣਾ। ਅਤੇ ਆ ਕਿੰਨੇ ਕਦੋਂ ਕੁ ਪਹੁੰਚ ਰਹੇ ਹੋ ਸਰ ਤੁਸੀਂ? ਹਾਂਜੀ ਹਾਂਜੀ,
हाँ जी सलीम साहब भी आन, कराम साहब भी आन, हाँ जी पी ओ साहब, सजाद साहब, की गल जी है कैंसल हो गई मीटिंग? अच्छा जी जी सर मीटिंग कैंसल हो गई? हाँ मीटिंग कैंसल हो गई उन्होंने, कोई मसला नहीं सर। वो खाना तो तैयार है, उसे मतलब ताड़े ऑर्डर के मुताबिक ही असी बनाया है। फौतगी हो गई उन्होंने अचानक, इन्ना नीला वा इन्ना लहरा जी, हूँ कोई ऐसी गल नहीं, होंगे रेंदे ए बिल लै लो तो फिर पैसे दे दो खाने दे। बिल सॉरी उन्होंने ही आना सी ते देना सी। तुसी माशाल्लाह अच्छी परसनैलिटी ताड़ी, पैसा ताड़े कोल हो सकता है, पेंट कोट पाया तुसी, टाई शाई लाई है? नहीं नहीं कार्ड दे दो, क्रैडिट कार्ड होते तो भी असं कट लेंगे, ATM दे दो। नहीं भाजी मेरे को ना क्रैडिट कार्ड भी है नहीं। चलो उन्होंने साबा ने आना सी ते उन्होंने बिल देना सी। यानी तेरे को पैसे है ही नहीं? ये खाने के पैसे मैं देने जी? नहीं सर खाना तो तुम इंज खाधा जिम्मे जेल हो रहा हो के आए हो। नहीं तो किसी वाल वेखिया ही नहीं भी जो फुफी के घर आए हो इंज खा रहे हो, और जिस तरह तुम यह खाना खाधा ये इंज खाना खाने वाला है ही नहीं, ये जिन्हें बनाया ना वेखिया हो तू इंज खाधा वो तेन चपेड़ा मारे। भाजी पैसे दे दो तंग भाई, मैं मुलाजम आदमी हाँ, मैं इन्ना अफोर्ड नहीं कर सकता भाई। मैं घर जाके तू ईजी पैसा करा दिना वा, घर जाके घर कि तेन जान देना भाजी? ईजी पैसा अल्लाह रहम करे को मैं फसिया इतने भी, तू मैं उतो आ गए 100 रुपये का ईजी पैसा करा दे। नहीं मैं भेज दाँगा पैसे जिन्हें भी बनेगा कोई नहीं, नहीं भेज नहीं देंगे भाई जी, मेरी गल सुनो, उठो। हेलो उठो उठो भाजी उठो, मेरी तो यदि सैलरी नहीं, ਤੁਸੀਂ ਜਿੰਨੇ ਦਾ ਖਾਣਾ ਲਵਾ ਲਿਆ ਕੁਛ ਖਾ ਗਏ ਹੋ ਯਾਰ, ਮੈਂ ਗੱਲ ਕਰ ਰਿਹਾ, ਫੂਡ ਬੜਾ ਮਹਿੰਗਾ ਹੁੰਦਾ ਹੈ ਯਾਰ, ਮੈਂ ਪਿੱਛੇ ਗੱਲ ਕਰਦਾ ਆਪਣੇ ਘਰ, ਤੁਸੀਂ ਹੁਣ 3 ਦਿਨ ਘਰ ਨਹੀਂ ਜਾਣਾ? ਕੀ ਗੱਲ, ਮੇਲਾ ਇੱਥੇ? ਮੇਲਾ ਨਹੀਂ ਇਹ, ਹੁਣ ਮੇਲਾ ਨਹੀਂ ਬਈ, ਮੇਲਾ ਮੇਲੀਆ ਦਾ, 11 ਬੇਲੀਆਂ ਦਾ, ਉਹ ਸ਼ੇਰ ਨਹੀਂ ਮੀਆਂ ਮੁਹੰਮਦ ਬਖਸ਼ ਦਾ ਸੁਣਿਆ ਕਿਹੜਾ? ਉਸ ਦਿਨ ਈਦ ਮੁਬਾਰਕ ਹੋ ਸੀ, ਜਿਸ ਦਿਨ ਫਿਰ ਮਿਲਾਂਗੇ ਤੇ ਮੈਂ ਮਿਲ ਲਾਂਗਾ ਫਿਰ ਆ ਕੇ ਭਾਈ, ਮੈਂ ਪੇ ਕਰ ਦਾਂਗਾ ਸਾ। ਉਹਨਾਂ ਦੀ ਮੀਟਿੰਗ ਆਉਣੀ ਸੀ ਸਲੀਮ ਸਾਹਿਬ, ਭਾਜੀ ਉਹਨਾਂ ਦੀ ਮੀਟਿੰਗ ਪਹਿਲੇ ਕਦੋਂ ਮੀਟਿੰਗ ਤੋਂ ਪੈਸੇ ਦਿਓ ਉੱਥੇ, ਨਾ ਹੋਵੇ ਮੀਟਿੰਗ ਕੋਈ ਐਸੀ ਗੱਲ ਨਹੀਂ, ਅਸੀਂ ਆਪਣੇ ਕਿੰਨੇ ਕਸਟਮਰ ਵੀ ਵਿੱਚੋਂ ਕੈਂਸਲ ਕੀਤੇ ਵੀ ਤੁਹਾਡਾ ਆਰਡਰ ਹੈਗਾ ਭਾਜੀ। ਉਹ SDO ਸਾਹਿਬ ਸਲੀਮ ਸਾਹਿਬ ਆ, ਉਹਨਾਂ ਨੇ ਦੇਣਾ ਸੀ ਭਾਜੀ। ਸਲੀਮ ਸਾਹਿਬ ਵੀ ਕਾਬਲੇ ਇਤਰਾਮ ਆ, ਤੁਸੀਂ ਵੀ ਉਹ ਪੈਸੇ ਦੇ ਦਿਓ, ਮਿਹਰਬਾਨੀ ਉੱਠੋ। ਮੈਂ ਦੇ ਦਾਂਗਾ ਮੈਂ ਭਾਜੀ, ਮੇਰੀ ਬੇਇੱਜ਼ਤੀ ਕਰਾਣੀ ਹੈ ਤੁਸੀਂ ਭਾਈ? ਮੈਂ ਤਾਂ ਘਰ ਵੀ ਦੱਸ ਕੇ ਨਹੀਂ ਆਇਆ। ਉਹ ਕੋਈ ਫਿਕਰ ਨਹੀਂ ਕਰਦਿਆਂ ਨੂੰ ਤੇਰੇ ਤੋਂ, ਭਾਵੇਂ 3 ਮਹੀਨੇ ਨਾ ਜਾ, ਉਹਨਾਂ ਨੇ ਕਿਤੇ ਨਹੀਂ ਐਲਾਨ ਕਰਾਉਣਾ, ਕਿਸੇ ਨੂੰ ਨਹੀਂ ਕਹਿਣਾ ਸਾਡਾ ਮੁੰਡਾ ਕਿੱਥੇ ਗਿਆ, ਇਹੋ ਜਿਹੀ ਤੁਹਾਡੀ ਸ਼ਕਲ ਆ ਨਾ, ਇਹੋ ਜਿਹਾ ਬੱਚਾ ਜੰਮ ਕੇ ਮਾਂ ਪਿਓ ਬੇ ਲਾਪਰਵਾਹ ਹੋ ਜਾਂਦਾ, ਬਸ ਠੀਕ ਆ, ਬਲਕਿ ਅੱਗੋਂ ਉਹਨਾਂ ਦਾ ਬੱਚੇ ਤੋਂ ਦਿਲ ਹੀ ਚੁੱਕਿਆ ਜਾਂਦਾ ਕਿ ਅਸੀਂ ਪੈਦਾ ਕਰਨਾ ਹੀ ਨਹੀਂ ਭਾਜੀ। ਮੇਰੀ ਤਾਂ ਅੱਗੇ ਸੈਲਰੀ ਅਗਲਿਆਂ ਰੱਖ ਲੈਣੀ, ਪੈਸੇ ਦੇ ਜਾਂਗਾ ਕੋਈ ਨਹੀਂ। ਨਹੀਂ ਮੈਂ ਫਿਰ ਭਾਜੀ ਓਨਰ ਨੂੰ ਬੁਲਾ ਲੈਂਦਾ ਵਾਂ, ਸੁਲਤਾਨ ਸਾਹਿਬ, ਪਾਇਲ ਸੁਲਤਾਨ ਸਾਹਿਬ, ਸਾਰੇ ਉਹਨਾਂ ਨੇ ਖਾਣਾ ਖਾਧਾ ਅਤੇ ਔਡਰ ਵੀ ਦਿੱਤਾ ਅਤੇ ਕਹਿੰਦੇ 10 ਬੰਦਿਆਂ ਦਾ ਖਾਣਾ, ਅਤੇ ਹੁਣ ਕਹਿੰਦੇ ਜੀ ਉਹ ਔਡਰ ਕੈਂਸਲ ਕਰ ਦਿਓ ਸਰ, ਉਹ ਮੀਟਿੰਗ ਕੈਂਸਲ ਹੋ ਗਈ। ਕੈਂਸਲ ਇੱਕ ਮਿੰਟ ਭਾਜੀ, ਮੈਂ ਗੱਲ ਕਰ ਰਿਹਾ ਨਾ, 6 ਘੰਟੇ ਨੇ ਮੈਨੂੰ ਪੁਕਾ ਰਹੇ ਨੇ, ਅਤੇ ਹੁਣ ਕਹਿੰਦੇ ਮੇਰੇ ਕੋਲ ਪੈਸਾ ਹੀ ਕੋਈ ਨਹੀਂ ਹੈਗਾ। ਸਰ ਖਾਣਾ ਕੈਸਾ ਲੱਗਿਆ ਤੁਹਾਨੂੰ? ਖਾਣਾ ਤਾਂ ਬੜਾ ਅੱਛਾ ਸਰ ਜੀ। ਤੁਸੀਂ ਵੀ ਅੱਛਾ ਕਰੋ ਨਾ, ਪੈਸੇ ਸਰ ਸਰ ਉਹ ਮੀਟਿੰਗ ਜਿਹੜੀ ਆ ਸੁਲਤਾਨ ਸਾਹਿਬ, ਉਹ ਮੀਟਿੰਗ ਕੈਂਸਲ ਹੋ ਗਈ ਉਹਨਾਂ ਦੀ, ਮੈਂ ਉਹਨਾਂ ਨੇ ਪੇ ਕਰਨਾ ਸੀ। ਕਾਰਡ ਤੋਂ ਪੇ ਕਰ ਦਿਓ ਸਰ, ਕਾਰਡ ਸਰ ਮੈਂ ਕਿਹਾ ਕਾਰਡ ਦੇ, ਮੇਰੇ ਕੋਲ ਸ਼ਨਾਖਤੀ ਕਾਰਡ ਆ, ਦੂਸਰਾ ਨਹੀਂ। ਸ਼ਨਾਖਤੀ ਕਾਰਡ? ਮੋਟਰਸਾਈਕਲ ਰੈਂਟ 'ਤੇ ਲੈਣਾ ਆ ਤੂੰ ਜੀ? ਸਾਡੇ ਮਹਿਮਾਨ ਨੇ ਜੀ, ਖਾਣਾ ਅੱਛਾ ਲੱਗਿਆ ਨਾ? ਹਾਂਜੀ ਹਾਂਜੀ, ਸਫਾਈ ਕਰਵਾਉਣਾ। ਹੈਲੋ ਜੀ, ਇਹ ਦੇਖਣਾ ਐਸੇ ਓਨਰ ਤੁਹਾਨੂੰ ਲੱਭਣੇ ਕਿਤੇ, ਉਹਨਾਂ ਨੇ ਕਿਹਾ ਨਹੀਂ ਹੈਗੇ, ਕੋਈ ਐਸੀ ਗੱਲ ਨਹੀਂ, ਹੁਣ 3 ਦਿਨ ਤੁਸੀਂ ਇੱਥੇ ਕੰਮ ਕਰਨਾ, ਪਲੇਟਾਂ ਧੋਣੀਆਂ ਨੇ, ਆਪਣਾ ਸਫਾਈਆਂ ਕਰਨੀਆਂ ਨੇ। ਇਹ ਉੱਠੋ ਭਾਈ, ਇੱਧਰ ਆਓ, ਬਲਕਿ ਇੱਧਰ ਆ ਜਾਓ। ਨਾ 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 ਭਾਜੀ, ਇਹ ਨਾ ਕਰੋ, ਇਹ ਖੋਲੋ ਮੇਰਾ ਭਰਾ। ਕੀ ਯਾਰ ਪਤਾ ਕੀ ਆ, ਮੈਂ ਘਰ ਜਾ ਕੇ ਭਾਈ ਮੈਂ ਪੇ ਕਰ ਦਾਂਗਾ। ਭਾਈ ਜੀ ਘਰ ਕਿਹਨੇ ਦੇਖਿਆ, ਘਰ ਜਾ ਕੇ ਪੇ ਕਰ ਦਿਆਂਗੇ, ਕਿ ਮੰਜੀ ਲਈ ਲੋਹੇ ਦੀ ਤੂੰ, ਘਰ ਜਾ ਕੇ ਮੈਂ ਦੇ ਦੇਣਾ ਜੀ ਰੱਖੇ ਵਾਲਾ। ਮੈਂ ਯਾਰ ਪਿੱਛੇ ਮੈਂ ਰੱਖੇ ਵਾਲਾ ਭਰਾ ਵਾ ਮੇਰੇ, ਉਹ ਆਪੀ ਪੇ ਕਰ ਦੇਣਗੇ, ਅਚਾਨਕ ਹੋ ਜਾਂਦਾ ਇਸ ਤਰ੍ਹਾਂ। ਅਚਾਨਕ ਵੀ ਹੋ ਜਾਂਦਾ, ਇੱਥੇ ਵੀ ਅਚਾਨਕ ਹੋ ਜਾਂਦਾ, ਜਿੱਦਾਂ ਕੋਈ ਗੱਲ ਨਾ ਹੋਈ।
मैं फोन में राबता किया वा कहते असं आके कर देंगे पे। चलो ठीक है तुम उन्होंने अपना जो भी है ताडा काम करो इतने चंगा ही है सगो ताडे ओनर ने पता लगे ना भी ऑर्डर किदा देईदा ती समझी है कि मतलब सरा है यार अचानक अचानक किसी ना भी जिंदगी च हो सकदा तो कह दे सी हमारे ओनर आ रहे हमारे ये है तमीज से बात करो पैसा अगर कोई एक नहीं हैगा अपना अब्दुलरहमान इधर आ पुत्र ए फड़ ए सारीयां चीजां मैं जो जो दई जाना ना फड़ फड़ी जा यार मेरी गल सुन की गल थोड़ी है किसी ना भी कोई इस तरह मेरी गल सुन सकदा वा मिसमैच हो सकदा तो तुसी फिर पैसे मंगाओ ਘਰਦਿਆਂ ਨੂੰ ਕਹੋ ਮੈਨੂੰ ਪੈਸੇ ਭੇਜ ਦਿਓ ਮੈਂ ਇੱਥੇ ਫਸਿਆ ਵਾਂ ਨਹੀਂ ਘਰ ਦੇ ਮੈਂ ਆਪ ਜਾ ਕੇ ਲੈ ਆਵਾਂਗਾ ਇਹ 'ਚ ਕਿਹੜੀ ਗੱਲ ਵਾ ਆਪ ਜਾ ਕੇ ਲੈ ਆਵਾਂਗੇ ਯਾਰ ਆਟਾ ਵਾ ਵੀ ਆਪ ਜਾ ਕੇ ਲੈ ਆਵਾਂਗਾ ਮੈਂ ਯਾਰ ਜ਼ਿੰਦਗੀ 'ਚ ਕਿਸੇ ਨਾਲ ਵੀ ਕੋਈ ਹੋ ਸਕਦਾ ਭਾਈ ਕਿਸੇ ਨਾਲ ਹੋ ਸਕਦਾ ਜੋ ਮਿਲ ਰਿਹਾ ਜਾਣੀ ਮੈਂ ਮੁਲਾਜ਼ਮ ਆਦਮੀ ਮੈਂ ਇਹਨੇ ਪੈਸੇ ਕਿੱਥੋਂ ਦੇ ਨਹੀਂ ਤੁਸੀਂ ਆ ਲਾਓ ਸਾਰਾ ਕੁਛ ਮੈਂ ਮੁਲਾਜ਼ਮ ਆਦਮੀ ਹਾਂ ਮੇਰੀ ਇੰਨੀ ਨਹੀਂ ਪਸਲੀ ਹੈਗੀ ਮੇਰੇ ਵੀ ਤੇਰੇ ਵਾਂਗੂ ਨਿੱਕੇ ਨਿੱਕੇ ਬੱਚੇ ਨੇ ਭਾਈ ਭਾਜੀ ਗੱਲ ਇਹ ਆ ਵੀ ਐਡੀ ਜ਼ਿਆਦਤੀ ਚੰਗੀ ਨਹੀਂ ਮੈਂ ਜਦੋਂ ਭਾਜੀ ਜ਼ਿਆਦਤੀ ਨਹੀਂ ਹੈ ਮੇਰੀ ਮੇਰੀ ਗੱਲ ਸੁਣੋ ਇਹ ਜ਼ਿਆਦਤੀ ਇਹ 'ਚ ਹੈ ਤੁਸੀਂ ਕੀਤੀ ਕਿ ਅਸੀਂ ਕੀਤੀ ਨਹੀਂ ਮੈਂ ਅਚਾਨਕ ਆਇਆ ਵਾ ਜਦੋਂ ਮੈਂ ਕਿਹਾ ਰਿਹਾ ਵੀ ਆ ਰਹੇ ਬੰਦੇ ਮੈਂ ਕਿਸੇ ਗੱਲ ਨਾ ਹੀ ਕਿਹਾ ਹੁਣ ਵੀ ਕਰ ਫੋਨ ਖੋਲ ਕੇ ਆਓ ਬੰਦੇ ਨਹੀਂ ਉਹ ਫੋਨ ਬੰਦ ਜਾ ਰਹੇ ਸਾਰਿਆਂ ਦੇ ਕੋਈ ਨਹੀਂ ਤੇਰੇ 'ਚ ਬੰਦੇ ਵਾਲੀ ਗੱਲ ਹੀ ਕੋਈ ਨਹੀਂ ਤੈਨੂੰ ਕਿਹੜੇ ਬੰਦੇ ਤੇਰੇ ਪਿੱਛੇ ਆਉਣੇ ਯਾਰ ਉਹਨਾਂ ਨੇ ਫੋਨ ਨਹੀਂ ਅਟੈਂਡ ਕਰਨ ਡਏ ਕੋਈ ਅਟੈਂਡ ਜਦੋਂ ਮੀਟਿੰਗ ਹੀ ਕੈਂਸਲ ਹੋ ਗਈ ਆ ਤੂੰ ਇੱਥੇ ਕੰਮ ਕਰ ਤਿੰਨ ਦਿਨ ਆਪਣੇ ਪੈਸੇ ਲਾ ਤੇ ਜਾ ਆ ਫੜ ਮੇਰਾ ਭਰਾ ਚੱਲ ਆ ਮੈਂ ਤੈਨੂੰ ਵਾਸ਼ਰੂਮ ਵਹਾਵਾਂ ਯਾਰ ਅੱਗੇ ਹੋ ਅਜੇ ਪਲੇਟਾਂ ਪਈਆਂ ਧੋਣ ਵਾਲੀਆਂ ਇਦਾਂ ਜ਼ਿਆਦਤੀ ਨਹੀਂ ਕਰੀਦੀ ਕਿਸੇ ਨਾਲ ਆ ਕੋਈ ਵੀ ਉਦੋਂ ਮੈਂ ਤੈਨੂੰ ਕਹਿੰਦਾ ਹੱਥ ਧੋ ਲਾ ਤੂੰ ਧੋਣ ਹੀ ਨਹੀਂ ਦਿਆ ਮੈਨੂੰ ਪਹਿਲਾਂ ਹੀ ਪਤਾ ਸੀ ਤੂੰ ਨਹੀਂ ਧੋਣੇ ਹੁਣ ਤੂੰ ਪਲੇਟਾਂ ਵੀ ਧੋਏਗਾ ਫਰਸ਼ ਵੀ ਧੋਏਗਾ ਉੱਤੇ ਸਾਰੀ ਛੱਤ ਪਈ ਉਹ ਵੀ ਧੋਣੀ ਆ ਤੂੰ ਚੱਲ ਮੇਰਾ ਭਰਾ ਐਡਾ ਤੂੰ ਗੋਗਾ ਪਸਰੂਰੀ ਚੱਲ ਕੰਮ ਕਰ ਇੱਥੋਂ ਨਹੀਂ ਜਿੱਧਰੋਂ ਮੈਂ ਸ਼ੁਰੂ ਕਰਨਾ ਇੱਥੋਂ ਕਿੱਥੋਂ ਸ਼ੁਰੂ ਹੋ ਗਿਆ ਯਾਰ ਇੱਥੋਂ ਥੋੜ੍ਹਾ ਜਿਹਾ ਕਰਾ ਲਾ ਹੁਣ ਮੈਂ ਜਦੋਂ ਕਿੰਨਾ ਕੁ ਕਰਾਉਣਾ ਕਿੱਥੋਂ ਥੋੜ੍ਹਾ ਜਿਹਾ ਕਰਾ ਲਾ ਜਿੰਨਾ ਕੁ ਜਿੰਨੇ ਕੁ ਪੈਸੇ ਉਹਦੇ ਹਿਸਾਬ ਨਾਲ ਕਰਾ ਕੇ ਹੁਣ ਮੈਂ ਸਾਰਾ ਰੈਸਟੋਰੈਂਟ ਸਾਫ਼ ਕਰਨਾ ਤੁਹਾਨੂੰ ਪਤਾ ਕਿੰਨਾ ਬਿੱਲ ਹੈਗਾ ਮੈਨੇਜਰ ਸਾਹਿਬ ਨੂੰ ਬੁਲਾਓ ਮੈਨੇਜਰ ਸਾਹਿਬ ਸਰ ਇਹ ਕਿੰਨਾ ਕਿੰਨਾ ਬਿੱਲ ਹੈ ਕੰਮ ਸੁਕਾਮ ਇਹਦਾ ਜੀ 16,000 ਰੁਪਇਆ ਸਰ 10 ਬੰਦਿਆਂ ਦਾ ਖਾਣਾ ਲਵਾਇਆ ਤੁਸੀਂ 16,000 ਆ ਤਾਂ ਕਿਚਨ ਕਰਾ ਲਓ ਸਾਫ 16,000 16,000 'ਚ ਤਾਂ ਸਾਡੇ ਕੋਲ ਮਹੀਨਾ ਮੁੰਡੇ ਕੰਮ ਕਰਦੇ ਨੇ ਅਜੇ ਤਾਂ ਤੂੰ ਟਿਪਸ ਵੀ ਦੇਣੀ ਸੀ 16,000 ਬਿੱਲ ਦੀ ਟਿਪਸ ਪਤਾ ਕਮ ਤੋਂ ਕਮ 2,000 ਰੁਪਏ ਦਿੰਦੇ ਅਗਲੇ ਮੈਂ 16,000 ਕਿੱਥੋਂ ਦੇਣਾ ਚੱਲ ਮੇਰਾ ਭਰਾ ਚੱਲ ਇੱਧਰੋਂ ਸ਼ੁਰੂ ਹੋ ਜਾ ਇੱਧਰੋਂ ਹੋ ਜਾ ਧਿਆਨ ਨਾ ਧਿਆਨ ਨਾ ਚੱਲ ਮੇਰਾ ਭਰਾ ਇਹ ਸ਼ਾਮ ਨੂੰ ਭਾਅ ਜੀ ਇਹਨੂੰ ਨਾ ਸੰਗਲੀ ਪਾ ਦੇਣਾ ਯਾਰ ਸੰਗਲੀ ਪਾ ਦੇਣਾ ਜਦੋਂ ਮੈਂ ਕੰਮ ਨਿਬੇੜ ਦੇਣਾ ਫਿਰ ਕਾਹਦੀ ਸੰਗਲੀ ਪਾ ਨਿਬੇੜ ਦੇਣਾ ਮਤਲਬ ਕਿਹੜਾ ਨਿਬੇੜ ਦੇਣਾ 16,000 ਦਾ ਤੂੰ ਇੱਕ ਦਿਨ 'ਚ ਹੀ ਨਿਬੇੜ ਦੇਣਾ ਨਹੀਂ ਹੁਣ ਮੈਂ ਸਾਲ ਰਵਾਂ 16,000 'ਚ ਮਹੀਨਾ ਤਾਂ ਰਹਿਣਾ ਪੈਣਾ ਤੈਨੂੰ ਇੱਥੇ 25 ਸਾਲ ਕੈਦ ਕੱਟ ਲਾਂ 16,000 'ਚ ਫਿਰ ਕੇ ਬੰਦੇ 20,000 'ਚ ਨਾ ਪੱਠੇ 'ਤੇ ਕੈਦ ਆ ਤੂੰ ਇਹ ਖਾਣਾ ਖਾਧਾ ਵੀ ਆ ਕਦੀ ਆਹ ਤੂੰ ਤੇਰੇ ਕੋਲ ਨਹੀਂ ਹੈਗੇ ਪੈਸੇ ਤੂੰ ਉਸ ਹੋਟਲ 'ਤੇ ਜਾ ਜਿੱਥੇ ਟਰੱਕ ਹੋਟਲ ਹੁੰਦਾ ਉੱਥੇ ਜਿੱਥੇ ਅਗਲੇ ਤੈਨੂੰ ਵਾਅਦਾ ਦੇਣ ਕੜੀ ਹੈ ਪਲਾ ਆਲੂ ਗੋਭੀ ਹੈ ਪਾਲਕ ਹੈ ਗਾਜਰਾਂ ਨੇ 8,000 ਦਾ ਹੋ ਗਿਆ ਇੱਥੋਂ 8,000 ਦਾ ਟੈਲ ਲਾਈ ਆ ਤੂੰ ਟੈਲ ਲਾਈ ਤੂੰ 8,000 ਦੀ ਇਹ ਵੀਰੇ ਤੂੰ ਮਹੀਨਾ ਨਹੀਂ ਜਾਣਾ ਅਜੇ ਅੰਦਰ ਪਲੇਟਾਂ ਪਈਆਂ ਉਹ ਧੋਣੀਆਂ ਤੇਰੇ ਕੋਲੋਂ ਜਾਲੇ ਲਾਉਣੇ ਤੂੰ ਸਾਰਾ ਉੱਤੇ ਸਫਾਈ ਸਾਰੀ ਕਰ ਯਾਰ ਇੰਨੇ ਨਹੀਂ ਪੈਸੇ ਜਿੰਨੇ ਕੰਮ ਦੱਸੀ ਜਾਂਦੇ ਭਾਅ ਜੀ ਤੁਸੀਂ ਇਹਨੂੰ ਛੱਡੋ ਤੁਹਾਨੂੰ ਆਉਂਦਾ ਹੀ ਨਹੀਂ ਕੰਮ ਹੈਗਾ ਤੁਸੀਂ ਪੈਸੇ ਦਿਓ ਉਹ ਯਾਰ ਪੈਸੇ ਜਦੋਂ ਮੇਰੇ ਕੋਲ ਨਹੀਂ ਭਾਅ ਜੀ ਹੈਗੇ ਮੈਂ ਜਦੋਂ ਕੰਮ ਜਦੋਂ ਨਹੀਂ ਹੈਗੇ ਤੂੰ ਆਰਡਰ ਹੀ ਨਾ ਦੇ ਯਾਰ ਤੂੰ ਤੈਨੂੰ ਕੀ ਲੋੜ ਇੱਥੇ ਆਉਣ ਦੀ ਯਾਰ ਤੂੰ ਇੱਦਾਂ ਦੇਂਦੇ ਜੀ ਹਮਾਰੀ ਮੀਟਿੰਗ ਹੈ ਕੁਝ ਬਿਜ਼ਨਸ ਟਾਕ ਕਰਨੀ ਹੈ ਚੰਗੀ ਟਾਕ ਕਰਨੀ ਹੈ ਤੂੰ ਯਾਰ ਉਹ ਮਿਸ ਹੋ ਗਈ ਉਹਨਾਂ ਦੀ ਕੋਈ ਫੌਤਗੀ ਹੋ ਗਈ ਫੌਤਗੀ ਹੋ ਗਈ ਅੱਜ ਹੀ ਹੋਣੀ ਸਾਡੀ ਫੌਤਗੀ ਕਰਾਉਣੀ ਤੂੰ ਮੈਂ ਕਿੱਥੋਂ ਦੇਣਾ 16,000 ਰੁਪਈਆ ਚੱਲ ਮੇਰਾ ਭਰਾ ਯਾਰ ਉਹ ਭਾਈ ਉਹ ਮੋਬਾਈਲ ਹੈਗਾ ਮੇਰਾ ਕਿੰਨੇ ਕੁ ਦਾ 8,000 ਦਾ ਹੈਗਾ ਉਹ ਰੱਖ ਲਓ ਬਾਅਦ 'ਚ ਉਹ ਵੀ ਚੋਰੀ ਦਾ ਨਿਕਲਣਾ ਮੈਨੂੰ ਪਤਾ ਇੱਥੇ ਦੇਖਣਾ ਜੀ ਇੱਥੇ ਕਿਤੇ ਆ ਜੀ ਉਹ ਵੀਰੇ ਤੁਸੀਂ ਮੋਬਾਈਲ ਨੂੰ ਛੱਡੋ ਆਪਣੇ ਘਰ ਫੋਨ ਕਰੋ ਉਹਨੂੰ ਕਹਿ ਜੀ ਪੈਸੇ ਭੇਜ ਦਿਓ ਮੈਂ ਇੱਥੇ ਆਂਜੇ ਹਾਂ ਹੈਲੋ ਹਾਂ ਅੰਮੀ ਅੰਮੀ ਉਹ ਮੀਟਿੰਗ ਨਹੀਂ ਸੀ ਅੱਜ ਅਫਸਰਾਂ ਦੀ ਅਤੇ ਉਹ ਕੈਂਸਲ ਹੋ ਗਈ ਅਤੇ ਉਹ ਮੈਂ ਖਾਣਾ ਖਾ ਬੈਠਾ ਕਿੰਨਾ ਹੀ ਸਾਰਾ ਅਤੇ ਉਹ ਮੈਨੂੰ ਆਉਣ ਨਹੀਂ ਦੇਣ ਡੇ ਬਾਹਰ ਤੂੰ ਪੈਸੇ ਪਏ ਆ ਘਰ ਕੋਈ ਥੋੜ੍ਹੇ ਬਹੁਤੇ
ਕਿਤੇ ਅਸ਼ਾੜਾਂ ਥੱਲੇ ਕਿਤੇ ਸਰਾਣੇ ਥੱਲੇ ਢਿੱਡ ਥੱਲੇ ਥੋੜੇ ਬਹੁਤ ਤੇਰੇ ਵਰਗੇ ਬੰਦੇ ਦੇ ਘਰ ਸੇਫ ਨਹੀਂ ਹੁੰਦੀ ਮੈਨੂੰ ਪਤਾ ਨਾ ਮੈਂ ਟੋਇਆ ਕੱਢ ਕੇ ਵਿੱਚ ਪੈਸੇ ਰੱਖੇ ਹੁੰਦੇ ਆਹੋ ਮੀ ਉਹ 16,000 ਬਿੱਲ ਸੀ ਅਤੇ ਉਹ ਆਏ ਨਹੀਂ ਅਤੇ ਉਹ ਮੈਨੂੰ ਪੈ ਗਿਆ ਵਾ ਨਾਲੇ ਮੁਬਾਰਕ ਹੋਵੇ ਮੈਂ ਇੱਥੇ ਕੰਮ 'ਤੇ ਲੱਗ ਗਿਆ 16,000 'ਚ ਓ ਯਮਕ ਡੋਨਰ ਐਂਡ ਕੈਫੇ ਆ ਗੁਜਰਾਤ 'ਚ ਉਹਨਾਂ ਨੇ ਕਿਹਾ ਕੰਮ ਚੰਗਾ ਕਰੇਗਾ ਨਾ ਤਾਂ ਤੇਰੀ ਜਿਹੜੀ ਸੈਲਰੀ ਆ ਵਧਾ ਦਾਂਗੇ ਲੋ ਆਹ ਕਿਹਨੇ ਕਹਿਤਾ ਚਲੋ ਠੀਕ ਆ ਠੀਕ ਆ ਆਹੋ ਇਹਨਾਂ ਨੂੰ ਬਾਹਰ ਨਾ ਨਿਕਲਣ ਦਿਓ ਤੈਨੂੰ ਵੀ ਨਹੀਂ ਨਿਕਲਣ ਦੇਣਾ ਅਸੀਂ ਮੈਂ ਇੱਧਰੋਂ ਭੇਜਦਾ ਰਵਾਂਗਾ ਤੁਹਾਨੂੰ ਪੈਸੇ ਇੱਕ ਮਿੰਟ ਗੱਲ ਕਰਾ ਸਾਡੀ ਵੀ ਮਾਂ ਮਾਂ ਜੀ ਸਲਾਮ ਅਲੈਕਮ ਮਾਂ ਜੀ ਇਹ ਗੋਗਾ ਪਸਰੂਰੀ ਤੁਹਾਡਾ ਬੇਟਾ ਹੈ ਅੱਛਾ ਹੋਏ 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 ਹੋ ਗਿਆ ਵਾਲ ਸਾਹਿਬ ਵੀ ਅੱਲਾ ਤੋਂ ਰਹਿਮ ਮੰਗੋ ਭਾਈ ਅੱਛਾ ਪਹਿਲੇ ਵੀ ਉਹ ਕਹਿੰਦੀ ਪਹਿਲੇ ਵੀ ਸਾਨੂੰ ਇਹਨੇ ਕਈ ਵਾਰੀ ਜ਼ਲੀਲ ਕਰਾਇਆ ਕੋਈ ਨਹੀਂ ਜ਼ਲੀਲ ਨਹੀਂ ਕਰਾਇਆ ਚਲੋ ਮਾਂ ਜੀ ਹੁਣ ਤੁਹਾਨੂੰ ਮੁਬਾਰਕ ਹੋਏ ਮੁੰਡਾ ਵਾਕਈ ਤੁਹਾਡਾ ਇੱਥੇ ਕੰਮ 'ਤੇ ਲੱਗ ਗਿਆ 16,000 ਰੁਪਇਆ ਇਹਦੇ ਕੋਲ ਪਹਿਲਾਂ ਇਹ ਪੂਰਾ ਕਰਨਾ ਅਤੇ ਅੱਗੋਂ ਅਗਰ ਕੰਮ ਅੱਛਾ ਕਰੇਗਾ ਤਾਂ ਫਿਰ ਵਧਾਉਣਗੇ ਇਹਦਾ ਠੀਕ ਹੈ ਚਲੋ ਮੁਬਾਰਕ ਹੋਵੇ ਨਹੀਂ ਨਹੀਂ ਪਿੱਛੇ ਪੁੱਛੇ ਆਉਣ ਦੀ ਕੋਈ ਲੋੜ ਨਹੀਂ ਅਸੀਂ ਇਹਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ ਚਲੋ ਕੰਮ ਕਰ